ਮਾਈ ਪਿਆਰਿਆ ਜਿੱਦਣ ਤੇਰੀ ਮੌਤ ਹੋਈ ਇਸ ਬੰਗਲੇ ਦੇ ਵਿੱਚ ਇੱਕ ਘੜੀ ਵੀ ਤੈਨੂੰ ਰਹਿ ਨਹੀਂ ਗਈ, ਇੱਕ ਘੜੀ ਵੀ ਰਹਿ ਗਈ। ਬਾਬਾ ਰਾਮਦਾਸ ਜੀ ਨੇ ਕਹੀ ਉੱਚੇ ਮੰਦਰ ਨਾ ਕੀਆ ਦਿਨ ਚਾਰ ਪੱਪੜ ਕੇਰੇ ਪੰਜ ਜੋ ਧਰ ਗੁਰ ਜੁਮਣ ਹਾਰ ਹੋ ਰੰਗ ਮਾਲਾ ਪਿਆਰਿਆ ਜਾ ਜੋਗਨ ਨੋਹਲਾ ਦਿਨ ਥੁਰੜੇ ਥਕੇ ਪਿਆ ਪ੍ਰਾਣਾ ਚੋਲਾ ਦੇ ਚੋਲੇ ਨੇ ਪ੍ਰਾਣਾ ਹੋ ਜਾਣੇ ਜੀਵ ਮਾਨ ਨਾ ਕਰ ਬੈਠੀ ਲਤਾ ਵੀ ਮਾਨ ਨਾ ਕਰ ਬੈਠੀ ਇਹ ਧਨ ਵੀ ਨਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਵਿਦਾਰ ਦਾ ਧਿਆਨ ਕਰ ਖਾਲਸਾ ਮਹਾਰਾਜੇ ਪੰਜਾਬ ਪਿਆਰਿਆ ਕਹਾ ਸਭ ਅਰਦਾਸ ਵੀਰ ਦੀ ਚੌਧਰੀ ਸਰਬ ਜੀ ਆਪਦੇ ਵਾਸਣ ਜਿਨ ਕੀ ਚੀਰੀ ਦਰਗਾ ਪਾਤੀ ਤਿੰਨਾ ਮਰਨਾ ਪਾਈ ਜਿਹਾ ਸ੍ਰੀ ਲਿਖਿਆ ਦਿਹਾ ਪਾਈ ਕੱਲੇ ਆਵੇ ਨਾਨਕਾ ਸਦੇਵ ਜਾਈ ਦੀ ਵਾਤਾ ਸਾਰ ਦਾ ਕਵਿਤਾ ਵੀ ਕਰਦੀ ਕਹਿੰਦੇ ਵੀ ਸੰਤੋਸ਼ ਭਗਤੀ ਪਾਤਸ਼ਾਹ ਉਹਨਾਂ ਦੀ ਧਰਮ ਅਤੇ ਸੁਰਵਾਸੀ ਸਰਦਾਰ ਗੁਰਵਿੰਦਰ ਸਿੰਘ ਜੀ ਦਾਤਾ ਜੀ ਜੋ ਪਿਛਲੇ ਦਿਨਾਂ ਦੇ ਅਕਾਲ ਚਲਾਣਾ ਕਰਕੇ ਸੰਤਾਂ ਦੀ ਆਤਮ ਸ਼ਾਂਤੀ ਵਾਸਤੇ ਜਵਾਨ ਸਰੀਆਂ ਸਜੇ ਹੋਏ ਦਵਾਨਾ ਆਪ ਦੇ ਹਜ਼ੂਰ ਰਵੇ ਬਾਣੀ ਅਲਾਹੀ ਬਾਣੀ ਧੁਰਤੀ ਬਾਣੀ ਰਹਿੰਦੇ ਸ਼ਬਦ ਕੀਰਤਨ ਉਹ ਸ਼ਬਦ ਦੀਆਂ ਵਿਚਾਰਾਂ ਅਨੰਦ ਸਿੰਘ ਜੀ ਪੌੜੀਆਂ ਦੀ ਪਾ ਸਤਿਗੁਰੇ ਬਾਣੀ ਪੜ੍ਹਦਿਆਂ ਨੇਕ ਟੁੱਟੀਆਂ ਅਣਜਾਣ ਬੱਚੇ ਸਮਝ ਕੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਦਾ ਵਾਲ ਦੇ ਪੁੱਤ ਵਰਸ਼ਨਾ ਇਸ ਬਾਣੀ ਦਾ ਵਾਰ ਵਿਸ਼ਵੀ ਆਤਮਾ ਸੁਰਗ ਵਾਸੀ ਸਰਦਾਰ ਗੁਰਵਿੰਦਰ ਸਿੰਘ ਦੇ ਦਾਤਾ ਜੀ ਹਿਰਦੇ ਤੇ ਸਾਵਣਾ ਚੁਰਾਸੀ ਦੇ ਰੱਖਣਾ ਸੱਚ ਖਾਂ ਦੀ ਵਾਸ ਪ੍ਰਸ਼ਨਾ
ਇਸ ਬਾਣੀ ਦਾ ਵਾਰ ਦਾਤਾ ਜੀ ਪਰਿਵਾਰ ਦੇ ਹਿਰਦੇ ਦੇ ਸਾਰਾ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ, ਨਾਮ ਦਾਮ ਦੀ ਯਾਦ ਤੋਂ ਸਿੱਖੀ ਦੇ ਬਖਸ਼ਣਾ, ਬਾਣੀ ਪੜ੍ਹਦਾ ਸੇਵਾ ਕਰਦਾ ਬਾਲ ਕੇ ਖੁਦ ਬਖਸ਼ਣਾ, ਦੇਵੀ ਸੰਤੋਸ਼ ਕੌਰ ਦੇ ਦਾਤਾ ਜੀ ਸਿਰ ਦੇ ਹੱਥ ਕਰਾਉਂਦੀ ਰੋਕਤਾ ਕੰਮ ਰੱਖਿਆ ਬਖਸ਼ਣੀਆਂ, ਸਦਾ ਗੁਰਿੰਦਰ ਸਿੰਘ ਤੇ ਬੀਬੀ ਕੰਮ ਛੇ ਪਿਆਰੇ ਵੇਚਣਾ, ਤੇਰਾ ਨਾਮ ਚੇਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਮਰਨ ਤੋਂ ਬਾਅਦ ਕਿਹਨੇ ਵੇਖਣਾ ਹੈ ਕਿ ਮੁਕਤੀ ਮਿਲੀ ਹੈ ਕਿ ਨਹੀਂ ਮਿਲੀ, ਕਿਸੇ ਨੇ ਵੇਖਣਾ। ਅਗਰ ਮੁਕਤੀ ਲੈਣੀ ਹੈ ਜਿੱਤੀ ਉਹਦੇ ਸਾਡਾ ਗੁਰੂ ਇਹ ਗੱਲ ਕਹਿੰਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਗੱਲ ਆਖਦਾ ਹੈ, ਅਸੀਂ ਮੁਕਤੀ ਮਰ ਕੇ ਨਹੀਂ ਲੈਣੀ, ਅਸੀਂ ਮੁਕਤੀ ਖਿੰਡਿਆਂ ਲੈਣੀ ਹੈ। ਇਹ ਮੁਕਤੀ ਮਿਲਦੀ ਹੈ ਨਾਮ ਨਾਲ। ਕਾਵਰ ਕਰਤੂਤ ਸਗਲੀ ਜਮਟਾਨੇ ਗੋਬਿੰਦ ਭਜਨ ਬਿਲ ਨਹੀਂ ਮਾਨੇ, ਜਿੰਨੇ ਮਰਜ਼ੀ ਤੁਸੀਂ ਪਰ ਪਕਾਰ ਕਰ ਲਓ, ਕੰਮ ਕਰ ਲਓ, ਯੱਗ ਕਰ ਲਓ, ਸ੍ਰੀ ਅਕਾਲ ਭੋਲੇ ਜਿਸਦਾ ਮੈਂ ਪ੍ਰਧਾਨ ਹਾਂ, ਉਹ ਮੇਰਾ ਵਾਈਸ ਪ੍ਰਧਾਨ ਸੀ ਔਰ 8-9 ਸਾਲ ਤੋਂ ਜਦੋਂ ਤੋਂ ਰਿਟਾਇਰ ਹੋਇਆ ਹਰ ਰੋਜ਼ ਸਾਡੇ ਕੋਲ ਦਫ਼ਤਰ ਦੇ ਵਿੱਚ ਮੇਰੇ ਕੋਲ ਜਾਂਦੇ ਸੀ। ਜਿਸ ਦਿਨ ਉਹਨਾਂ ਨੂੰ ਬਦਲੇ ਵੀ ਬਿਮਾਰ ਹੋਇਆ, ਉਸ ਦਿਨ ਵੀ ਸਾਰੀ ਐਗਜੈਕਟਿਵ ਕਮੇਟੀ ਵੱਲੋਂ ਜਿਹੜੀ ਕੈਦ ਮੇਰੇ ਨਾਲ ਆਈ ਹੋਈ ਹੈ ਵੱਲੋਂ ਅਤੇ ਸਾਰੀ ਐਸੋਸੀਏਸ਼ਨ ਵੱਲੋਂ ਮੈਂ ਉਹਨਾਂ ਨੂੰ ਸਾਡਾ ਦੇ ਬਲ ਭੇਟ ਕਰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਸਨੂੰ ਆਪਣੇ ਚਰਨਾਂ 'ਚ ਵਾ ਸਕੇ। ਜੋ ਜਿੰਨੀਆਂ
ਬਾ
Yeah.
ਉਸ ਦੀ ਲਿਖੀ ਹੋਈ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਜੋ ਕਰਤਾਰ ਨੇ ਲਿਖ ਦਿੱਤਾ ਉਸਨੂੰ ਕੋਈ ਮਿਟਾ ਨਹੀਂ ਸਕਦਾ। ਜੀਵ ਆਇਆ ਤੇ ਉਸਨੇ ਸਤਿਗੁਰੂ ਜੀ ਕਹਿੰਦੇ ਜਾਣਾ ਹੈ, ਅਵਸ਼ ਜਾਣਾ ਹੈ, ਕਿਉਂਕਿ ਬਾਬਾ ਕਬੀਰ ਜੀ ਨੇ ਵਚਨ ਵਚਨ ਕਹੇ ਨੇ ਐਸੋ ਇਹ ਸੰਸਾਰ ਦੇਖਣਾ ਰਹਿ ਨਾ ਕੋ ਪਈਆ ਰੇ ਸੁਧੇ ਸੁਧੇ ਰੇ ਚਲੋ ਤਮ ਨਦਰ ਪਧੱਕਾ ਦਈਆ ਰੇ ਬਾਰੇ ਬੁੱਢੇ ਤਨੇ ਪਈਆ ਸਭੂ ਜਮ ਲੈ ਗਈਆ ਰੇ ਮਾਨਸ ਬੁਬਰਾ ਮੂਸਾ ਕਿੰਨੋ ਬੀਚ ਬਲਈਆ ਖਈਆ। ਇਹ ਬਿਲੀ ਮੌਤ ਹੈ, ਇਹ ਬਿੱਲੀ ਮੌਤ ਹੈ, ਇਸਨੇ ਮੌਤ ਨੇ ਕਦੋਂ ਬਿੱਲੀ ਨੇ ਝਟ ਮੌਤ ਨੇ ਕਦੋਂ ਮਾਰ ਦੇਣੀ ਹੈ ਜੀਵ ਕੋਈ ਪਤਾ ਨਹੀਂ ਹੈ। ਬਾਬਾ ਜੀ ਕਹਿੰਦੇ ਤੈਨੂੰ ਉਸ ਮਾਰਗ ਦਾ ਰਸਤਾ ਦਿੱਤਾ ਸਿੱਧੇ ਚਲੇ ਜਾਏ ਵੇਖੀ ਕਹਿੰਦੇ ਟੇਢੇ ਰਸਤੇ ਤੇ ਨਾ ਚਲੇ ਜਾਏ ਜੇ ਡਿੱਗ ਪਿਆ ਸੱਚ ਜਾਣੀ ਸੰਸਾਰ ਦੇ ਲੋਕ ਤੈਨੂੰ ਲਤਾੜਨ ਵਾਲੇ ਨੇ ਕੋਈ ਚੁੱਕਣ ਵਾਲਾ ਨਹੀਂ ਹੈ ਕੋਈ ਸੰਭਾਲਣ ਵਾਲਾ ਨਹੀਂ ਹੈ। ਤਿੰਨ ਪੜਾ ਦੀਆਂ ਜ਼ਿੰਦਗੀ ਦੇ ਤੈਨੂੰ ਤਿੰਨ ਪੜਾ ਦਿੱਤੇ ਮਾਲਕ ਨੇ, ਬਚਪਨ ਦਿੱਤਾ, ਜਵਾਨੀ ਦਿੱਤੇ, ਬੜੇਪਾ ਦਿੱਤਾ। ਪਰ ਜੀ ਵਿਚਾਰ ਕਰੀ ਬਚਪਨ ਤੇਰਾ ਖੇਡਾਂ ਵਿੱਚ 18 ਸਾਲ ਦੀ 16 ਸਾਲ ਦੀ ਉਮਰ ਬਤੀਤ ਹੋ ਗਈ, ਸਮਾਂ ਆਇਆ ਜਵਾਨੀ ਦਾ, ਇਸਤਰੀ ਦੇ ਵਸ ਵਿੱਚ ਪੈ ਕੇ ਸੰਸਾਰ ਦੇ ਧੰਦਿਆਂ ਦੇ ਵਿੱਚ ਗੁਜ਼ਾਰ ਦਿੱਤਾ, ਅਖੀਰ ਬੁਢੇਪਾ ਆ ਗਿਆ, ਨਾਮ ਬਚਪਨ ਵੀ ਨਹੀਂ ਜਪਿਆ, ਨਾਮ ਤੋਂ ਜਵਾਨੀ ਵਿੱਚ ਵੀ ਨਹੀਂ ਜਪਿਆ ਤੇ ਸੱਚ ਜਾਣੀ ਨਾਮ ਤੇਰੇ ਕੋਲ ਬੁਢੇਪੇ ਵਿੱਚ ਵੀ ਨਹੀਂ ਜਪਿਆ। ਕਿਸੇ ਨੂੰ ਪੁੱਛ ਕੇ ਵੇਖ ਲਿਓ, ਕੋਈ ਗੁਰਮੁਖ ਸੱਜਣ ਕਹਿੰਦਾ ਸੱਜਣਾ ਨਾਮ ਜਪਿਆ ਕਰ ਸਿਮਰਨ ਕਰਿਆ ਕਰ, ਇਹ ਸਮਾਂ ਤੈਨੂੰ ਮਾਲਕ ਨੇ ਬਖਸ਼ਿਆ ਏ, ਤੇ ਅੱਗੋਂ ਜਵਾਬ ਹਰ ਮਨੁੱਖ ਦਾ ਹੁੰਦਾ ਕਿ ਮੈਂ ਸਮਾਂ ਨਿਯਤ ਕੀਤਾ ਹੈ ਜਦੋਂ ਬੁਢੇਪਾ ਆਵੇਗਾ ਮੈਂ ਨਾਮ ਜਪ ਲਵਾਂ। ਹਰ ਬੰਦਾ ਇਸ ਗੱਲ ਤੇ ਨਿਪੁੰਨ ਹੈ, ਹਰ ਬੰਦਾ ਕਹਿੰਦਾ ਮੈਂ ਸਮਾਂ ਨਿਯਤ ਕੀਤਾ ਹੈ, ਮੈਂ ਸੋਚਿਆ, ਮੈਂ ਵਿਚਾਰ ਕੀਤਾ ਹੈ ਜਦੋਂ ਬੁਢੇਪਾ ਆਵੇਗਾ ਨਾਮ ਜਪ ਲਵਾਂ। ਮਹਿਲ ਬਣਾਇਆ, ਬੰਗਲਾ ਬਣਾਇਆ ਸੀ ਤਾਂ ਕਹਿੰਦਾ ਧਾਰ ਦੇ ਨਾਲ ਕਹਿੰਦਾ ਬੰਗਲਾ ਮੇਰਾ, ਤੇ ਸੱਚ ਜਾਣੀ ਪਿਆਰਿਆ ਜਦੋਂ ਤੇਰੀ ਮੌਤ ਹੋਈ ਇਸ ਬੰਗਲੇ ਦੇ ਵਿੱਚ ਇੱਕ ਘੜੀ ਵੀ ਤੈਨੂੰ ਰਹਿ ਨਹੀਂ ਗਈ, ਇੱਕ ਘੜੀ ਵੀ ਰਹਿ ਗਈ। ਬਾਬਾ ਰਾਮਦਾਸ ਜੀ ਨੇ ਕਹੀ ਉੱਚੇ ਮੰਦਰ ਸਾਰ ਸੁਣੀ, ਕੀ ਹੋਇਆ ਭਗਤ ਰਾਮਦਾਸ ਜੀ ਨੇ ਬਚਨ ਕਰ ਦਿੱਤੇ, ਕਹਿੰਦੇ ਇਸ ਮੰਦਰ ਰਸੋਈ ਖਾਨੇ ਜੇ ਤੈਨੂੰ ਮਾਲਕ ਨੇ ਬਖਸ਼ੇ ਨੇ ਤਾਂ ਕੀ ਹੋਇਆ, ਜੇ ਮਾਲਕ ਨੇ ਤੈਨੂੰ ਬਖਸ਼ੇ ਨੇ ਤਾਂ ਕੀ ਹੋਇਆ। ਪਰ ਸੱਜਣਾ ਯਾਦ ਰੱਖੀ ਜਦੋਂ ਮੌਤ ਹੋਈ ਤੇ ਇਹਨਾਂ ਮੰਦਰਾਂ ਦੇ ਵਿੱਚ ਤੈਨੂੰ ਇੱਕ ਘੜੀ ਵੀ ਰਹਿ ਨਹੀਂ ਦੇਣੀ, ਤਨ ਐਸਾ ਹੀ ਜਿਵੇਂ ਘਾ ਦਾ ਕੁੱਟੀ ਨਾ ਕੁੜੈਕਣ ਲੱਗੀ ਉਹ ਤਾਂ ਭੂਤ ਭੂਤ ਕਰ ਪਾ
ਜਿਸ ਇਸਤਰੀ ਦੇ ਨਾਲ ਇਤਨਾ ਹਿੱਤ ਕੀਤਾ, ਪਿਆਰ ਕੀਤਾ, ਸਾਰੀ ਉਮਰ ਹਿੱਕ ਨਾ ਲੱਗੇ ਰਹੇ, ਅੱਜ ਉਹੀ ਆਖਦੀ ਪਈ ਇਹ ਭੂਤ ਬਣ ਗਿਆ, ਇਹ ਪ੍ਰੇਤ ਬਣ ਗਿਆ। ਜਿਸ ਪਰਿਵਾਰ ਨੂੰ ਕਹਿੰਦਾ ਸਮਝਦਾ ਸੀ, ਅੱਜ ਉਹ ਸਾਰੇ ਆਖਦੇ ਪਏ ਨੇ ਕਾਢੋ ਕਾਢੋ ਹੋਈ ਸਾਰੀ ਪਈ। ਕਹਿੰਦੇ ਨੇ ਇੱਕ ਜਵਾਨ ਦੇ ਨਾਲ ਹੁਣ ਸ਼ਾਮ ਪੈ ਰਹੀ ਹੈ, ਛੇਤੀ ਕਰੋ। ਫਿਰ ਜੀਵ ਮਾਣ ਕਿਸ ਚੀਜ਼ ਦਾ ਕਰਦਾ, ਨਾ ਕੀਆ ਦਿਨ ਚਾਰ ਪੱਪੜ ਕੇਰੇ ਪੰਜ ਜੋ ਢਲ ਤੁਰ ਜੁਲਮਣ ਹਾਰ ਹੋ ਰੰਗ ਮਾਲਾ ਪਿਆਰਿਆ ਜਾ ਜੋਗਨ ਨੋਹਲਾ ਦਿਲ ਫੁਰੜੇ ਥਕੇ ਪਿਆ ਪ੍ਰਾਣਾ ਚੋਲਾ ਦੇ ਚੋਲੇ ਨੇ ਪ੍ਰਾਣਾ ਹੋ ਜਾਣੇ। ਜੀਵ ਮਾਣ ਨਾ ਕਰ ਬੈਠੀ, ਰਤਾ ਵੀ ਮਾਣ ਨਾ ਕਰ ਬੈਠੀ, ਇਹ ਧਨ ਵੀ ਨਾ ਸੁਣਵਾ। ਗੁਲਸਤੇ ਦੇ ਵਿੱਚ ਆਖਰ ਉਸਨੇ ਇੱਕ ਦਿਨ ਟਾਣੀ ਨਾਲ ਟੁੱਟ ਕੇ ਧਰਤੀ ਤੇ ਡਿੱਗ ਜਾਣਾ। ਆਓ ਪਿਆਰਿਓ, ਅੱਜ ਆਪਾਂ ਸਾਰੇ ਸੁਰਗਵਾਸੀ ਸਰਦਾਰ ਬਲਵਿੰਦਰ ਸਿੰਘ ਜੀ, ਜਿਹੜੇ ਕਾਫੀ ਸਮੇਂ ਤੋਂ ਪਿਆਰਿਓ, ਉਹਨਾਂ ਨੇ ਆਉਣਾ ਸਤਿਗੁਰੂ ਦੇ ਦਰਬਾਰ ਬਾਹਰ ਜਾ ਕੇ ਬੈਠਣਾ। ਜਦੋਂ ਕੀਰਤਨ ਹੋਣਾ ਤੇ ਫਿਰ ਗੁਰੂ ਨਾਨਕ ਦੇ ਘਰ ਵਿੱਚ ਆਖੀ ਗੁਰਬਾਣੀ ਸੁਣਨੀ। ਇਹੋ ਜਿਹੇ ਮਹਾਨ ਇਹ ਹਸਤੀਆਂ ਇਹ ਵਰਲੀਆਂ ਨੇ ਪਿਆਰਿਓ, ਜਿਨ੍ਹਾਂ ਦੇ ਉੱਤੇ ਸਤਿਗੁਰ ਦੀ ਅਮਰ ਬਾਰਾਂ ਬਖਸ਼ਾ ਅਮਿਠ ਬੋਲਦੇ ਸਨ, ਬੜੇ ਪਿਆਰ ਵਾਲੇ ਸਨ। ਅੱਜ ਉਹਨਾਂ ਦੀ ਪਿਆਰਿਓ ਉਹਨਾਂ ਦਾ ਪਰਿਵਾਰ ਬੀਬੀ ਸੰਤੋਸ਼ ਕੌਰ, ਜਿਹਨਾਂ ਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਉਹ ਵੀ ਜੁੜੇ ਹੋਏ, ਉਹਨਾਂ ਦੇ ਉੱਤੇ ਵੀ ਸਤਿਗੁਰੂ ਜੀ ਬੜੀ ਕਿਰਪਾ ਹੈ, ਬੜੀ ਬਖਸ਼ਾ, ਦੋ ਵਕਤ ਸਤਿਗੁਰੂ ਪਾਤਸ਼ਾਹ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਲਿਆ। ਕਿਉਂਕਿ ਇਹੀ ਪਿਆਰਿਓ ਸਾਡੇ ਨਾਲ ਜਾਣ ਵਾਲੇ ਨਾਮ ਸਿਮਰਨ ਹੈ। ਜਿਤਨਾ ਸਮਾਂ ਜਿਹੜੀ ਘੜੀ, ਬਾਬਾ ਕਬੀਰ ਜੀ ਨੇ ਕਿਹਾ ਏਕ ਘੜੀ ਆਦੀ ਘੜੀ ਆਦੀ ਹੁੰਦੇ ਆਦ ਭਗਤ ਸੇਤੀ ਗੋਸ਼ਟੇ ਜੋ ਕਿੰਨੋ ਸੋ ਸਾਰੀ ਘੜੀ ਸਲੱਗਣੀ ਜੋ ਸੋ ਨਾਲ। ਜਿਹੜੀ ਘੜੀ ਅਸੀਂ ਪਿਆਰਿਓ ਸਤਿਗੁਰ ਦੇ ਚਰਨਾਂ 'ਚ ਬੈਠਾਂਗੇ, ਸਾਧ ਸੰਗਤ 'ਚ ਬੈਠਾਂਗੇ, ਉਹ ਘੜੀ ਦਾ ਸਾਨੂੰ ਇੱਕ ਘੜੀ ਦਾ ਵੀ ਪਿਆਰਿਓ ਸਾਨੂੰ ਫਲ ਮਿਲਣਾ ਹੈ। ਪਰ ਜੇ ਘੜੀ ਸਾਡੀ ਸੁਹਾਵਣੀ ਹੋ ਜਾਵੇ, ਗੁਰੂ ਨਾਨਕ ਦੇ ਘਰ ਵਿੱਚ ਸਤਿਗੁਰ ਪਾਤਸ਼ਾਹ ਦੇ ਚਰਨਾਂ 'ਚ ਬੈਠੀਏ, ਸਾਧ ਸੰਗਤ ਕਰੀਏ, ਨਾਮ ਜਪੀਏ, ਸਿਮਰਨ ਕਰੀਏ, ਕਿਉਂਕਿ ਨਾਮ ਹੀ ਸਾਡੇ ਭਾਈ ਪ੍ਰਾਪਤ ਮਨੁੱਖ ਦਿਓਰੀਆ ਗੋਬਿੰਦ ਮਿਲ ਗਈ ਇਹ ਤਰੀ ਬਣੀ। ਅਵਰ ਕਾਤਰ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਹੀ ਪਿਆਰਿਓ ਸਾਡੇ ਨਾਲ ਜਾਣਾ ਹੈ, ਹੋਰ ਦੁਨੀਆਂ ਦੇ ਪਦਾਰਥ ਇਹ ਜਿਹੜੇ ਨੇ ਪਿਆਰਿਓ ਇਹਦੇ ਧਰੇ ਦੇ ਧਰੇ ਰਹਿ ਜਾਣੇ ਨੇ। ਬਾਬਾ ਕਬੀਰ ਜੀ ਕਹੇ ਕਬੀਰ ਕੌਟੀ ਕੌਟੀ ਜੋੜਤੇ ਜੋੜੇ ਲੱਖ ਕਰੋੜ ਚੜ੍ਹਦੀ ਵਾਰ ਨਾ ਕਸ਼ ਮਿਲਿਓ ਲਏ ਲਗੋਤੀ ਤੋੜ ਆਕਰ ਤਿੰਨ ਕੱਪੜੇ ਹੀ ਜੀਕ ਦੇ ਪਾਸ ਰਹਿ ਜਾਂਦੇ ਨੇ ਪਿਆਰਿਓ, ਉਹ ਸਭ ਕੁਛ ਇੱਥੇ ਹੀ ਰਹਿ ਜਾਣਾ ਹੈ। ਤੇ ਆਪ ਉਸ ਮਾਲਕ ਦੇ ਚਰਨਾਂ ਵਿੱਚ ਅਸੀਂ ਜੁੜ ਕੇ ਨਾਮ ਜਪੀਏ, ਸਿਮਰਨ ਕਰੀਏ, ਅੱਜ ਉਸ ਵਿਛੜੀ ਆਤਮਾ ਸੁਰਗਵਾਸੀ ਸਰਦਾਰ ਗੁਰਵਿੰਦਰ ਸਿੰਘ ਦੀ ਯਾਦ ਵਿੱਚ ਅੱਜ ਸਾਖ ਸੰਬੰਧੀ
ਰਿਸ਼ਤੇਦਾਰ ਭੈਣ ਭਰਾ ਮਿੱਤਰ ਸੰਧਾਲੀ ਦੇ ਫੁੱਲ ਭੇਟਾ ਕਰਨ ਵਾਸਤੇ ਤਖ਼ਤ ਅਸੀਂ ਆਏ ਹਾਂ ਤੇ ਸਾਰਿਆਂ ਨੇ ਮਿਲ ਕੇ ਪਿਆਰਿਓ ਅਰਦਾਸ ਕਰਨੀ ਹੈ। ਪਤਾ ਨਹੀਂ ਕਿਹੜੀ ਗੁਰਮੁਖ ਦੀ ਸੁਰਤੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਵੇ ਤੇ ਅਰਦਾਸ ਕਰਨੀ ਹੈ ਜੀ ਪਾਤਸ਼ਾਹ ਵਿਛੜੀ ਆਤਮਾ ਨਾਲ ਦੇ ਚਰਨਾਂ ਚ ਨਿਵਾਸ ਤੇ ਪਿੱਛੇ ਸਤਿਗੁਰੂ ਪਰਿਵਾਰ ਦੇ ਸਿਰ ਤੇ ਹੱਥ ਰੱਖਣਾ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ, ਨਾਮ ਦਾਮ ਦੀ ਦਾ ਤੇ ਗੁਰਸਿੱਖੀ ਜੀਵ ਲਕਸ਼ਣਾ ਔਰ ਦਿੱਤੇ ਬਚਨ ਪ੍ਰਵਾਨ ਕਰਨੇ ਜੀ। ਬਾਣੀ ਪੜ੍ਹਦੇ ਹਾਂ, ਇਤਿਹਾਸ ਦੀਆਂ ਵਿਚਾਰਾਂ ਕਰਦੇ ਨੇ ਕੁੱਟੀਆਂ ਸਾਧ ਸੰਗਤ ਗੁਰੂ ਸਾਹਿਬ ਜੀ ਬਖਸ਼ਣਹਾਰ ਨੇ ਜੀ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਤੀਜਾ ਆਨੰਦੀ ਕੰਕਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਰਾਗ ਰਤਨ ਪਰਵਾਰ ਭਰਿਆ ਸ਼ਬਦ ਗਾਵਣ ਆਈਆਂ ਸ਼ਬਦ ਸਲੋਕਾ ਕਿਸ ਰਾਤ ਕਹਿੰਦਾ ਕਿਲਾ ਸਲ
ਏਕੀ ਸੁਖੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਰ ਦੀਦਾਰ ਦਾ ਧਿਆਨ ਤਾਂ ਖਾਲਸਾ ਪੰਜਾਬ ਪਿਆਰਿਆਂ ਕਹਾਂ ਸਾਹਿਬ ਜਾਦਿਆਂ ਚਾਲਿਆਂ ਮੁਕਤਿਆਂ ਮੱਖੀਆਂ ਜੱਪੀਆਂ ਤੱਪੀਆਂ ਤਨਾਮ ਜੱਪੀਆਂ ਭਗਵਾਨ ਛੱਡਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨੰਦ ਕੀਤਾ ਤਨਾ ਪਿਆਰਿਆਂ ਤੇਰਾ ਦੁਖਾਇਆ ਧਿਆਨ ਤਾਂ ਖਾਲਸਾ ਜੀ ਜਨਾ ਸਿੰਘਾਂ ਸਿੰਘਣਿਆ ਧਰਮ ਹੇਤ ਸ਼ੀਸ਼ ਤੇਈ ਬੰਦ ਬੰਦ ਚਾਈ ਖੋਪੜੀਆਂ ਲਾਈਆਂ ਚੱਕਣੀਆਂ ਤੀ ਆਰਿਆਂ ਸੁਖਵਾਣੀਆਂ ਕੀਤੀਆਂ ਧਰਮ ਨੇ ਹਾਰਿਆ ਸੁਖੀ ਕੇਸਾ ਸਵਾਸਾ ਸੰਕਰਵਾਈ ਦਿਆਲੇ ਮਾਇਦਾ ਧਿਆਨ ਦਾ ਖਾਲਸਾ ਹੈ ਵਾਲਾ ਜੀ ਪਾਂਚਾਂ ਤਖਤਾਂ ਦੀ ਸ਼ੁਰੂਆਤ ਗੁਰਨਾਨ ਧਿਆਨ ਦਾ ਖਾਲਸਾ ਹੈ ਵਾਲਾ ਜੀ ਪਾਤਸ਼ਾਹ
ਅਰਦਾਸ ਬੇਨਤੀ ਜੋ ਜਿਹੜੀ ਸਤਿਗੁਰੂ ਆਪਦੇ ਵਾਸਨ ਜਿਨ ਕੀ ਚੀਰੀ ਦਰਗਾਹ ਪਾਤੀ ਤਿੰਨਾ ਮਰਨਾ ਪਾਈ ਜਿਹਾ ਸ੍ਰੀ ਲਿਖਿਆ ਤਿਹਾ ਪਾਈ ਕੱਲੇ ਆਵੇ ਨਾਨਕਾ ਸਦੇਵ ਜਾਈ ਦੀ ਵਾਤਾ ਸਾਦਾ ਤਨ ਆਪੀ ਕਰਦੀ ਕਰਨੀ ਵੀ ਸੰਤੋਸ਼ ਕਰਦੀ ਪਾਤਾ ਪਾਉਣ ਦੀ ਧਰਮ ਅਤੇ ਸੁਰਵਾਸੀ ਸਰਦਾਰ ਗੁਰਵਿੰਦਰ ਸਿੰਘ ਜੀ ਦਾਤਾ ਜੀ ਜੋ ਪਿਛਲੇ ਦਿਨਾਂ ਦੀ ਤੁਹਾਨੂੰ ਅਕਾਲ ਚਲਾਣ ਕਰਕੇ ਸੰਤਾਂ ਦੀ ਆਤਮ ਸ਼ਾਂਤੀ ਵਾਸਤੇ ਜਵਾਨ ਸਜਿਆ ਸਜੇ ਹੋਏ ਦਵਾਨਾ ਆਪ ਦੇ ਹਜ਼ੂਰ ਰਵੇ ਬਾਣੀ ਅਲਾਹੀ ਬਾਣੀ ਧੁਰਤੀ ਬਾਣੀ ਰਹਿੰਦੇ ਸ਼ਬਦ ਕੀਰਤਨ ਉਹ ਸ਼ਬਦ ਦੀਆਂ ਵਿਚਾਰ ਆਨੰਦ ਸਿੰਘ ਜੀ ਪੌੜੀਆਂ ਦੀ ਪਾ ਸਤਿਗੁਰ ਜੀ ਬਾਣੀ ਪੜ੍ਹਦਿਆਂ ਨੇਕ ਟੁੱਟੀਆਂ ਅਣਜਾਣ ਬੱਚੀ ਸਮਝ ਕੇ ਸ਼ੁੱਧ ਤੇ ਸਪਸ਼ਟ ਬਾਣੀ ਪੜਦਾ ਵਾਲ ਦੇ ਬੁੱਧ ਵਖਣਾ ਇਸ ਬਾਣੀ ਦਾ ਵਾਰ ਵਿਸ਼ਵੀ ਆਤਮਾ ਸੁਰਗ ਵਾਸੀ ਸਰਦਾਰ ਗੁਰਵਿੰਦਰ ਸਿੰਘ ਦੇ ਦਾਤਾ ਜੀ ਹਿਰਦੇ ਤੇ ਸਾਵਣਾ ਚੁਰਾਸੀ ਰੱਖਣਾ ਸੱਚ ਖੰਡ ਇਸ ਬਾਣੀ ਦਾ ਵਾਰ ਦਾਤਾ ਜੀ ਪਰਿਵਾਰ ਦੇ ਹਿਰਦੇ ਤੇ ਸਾਵਣਾ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ ਨਾਮ ਦਾਮ ਦੀ ਦਾਤ ਤੋਂ ਸਿੱਖੀ ਦੇ ਬਖਸ਼ਣਾ ਬਾਣੀ ਪੜਦਾ ਸੇਵਾ ਕਰਦਾ ਬਾਲ ਕੇ ਪੁੱਤ ਬਖਸ਼ਣਾ ਦੇਵੀ ਸੰਤੋਸ਼ ਕੌਰ ਦੇ ਦਾਤਾ ਜੀ ਸਿਰ ਦੇ ਅੰਤ ਕਰਾਂਦੀ ਰੋਕਤਾ ਕੰਮ ਰੱਖਿਆ ਬਖਸ਼ਣੀਆਂ ਸਰਦਾਰ ਗੁਰਿੰਦਰ ਸਿੰਘ ਤੇ ਬੇਬੇ ਕਮਲ ਪ੍ਰੀਤ ਕੌਰ ਦੀ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣੀ ਨਾਮ ਦਾਮ ਦੀ ਦਾਤ ਤੋਂ ਸਿੱਖੀ ਦੇ ਬਖਸ਼ਣਾ ਬਾਣੀ ਪੜਦਾ ਸੇਵਾ ਕਰਦਾ ਬਾਲ ਕੇ ਪੁੱਤ ਬਖਸ਼ਣਾ ਜੀ ਇਸ ਬਾਣੀ ਦਾ ਬਾਪ ਦਾ ਰਾਈ ਸਾਧ ਸੰਗਤ ਦੇ ਹਿਰਦੇ ਤੇ ਸਾਵਣਾ ਦਾ ਰਾਈ ਸਾਧ ਸੰਗਤਾਂ ਹਾਲੀਆਂ ਦੇਖੇ ਲਾਉਣੀਆਂ ਕਦਮ ਕਦਮ ਲੀਕੇ ਲਾਉਣੇ ਬਾਣੀ ਨਾਲ ਪਿਆਰ ਸ਼ਾਹ ਗੁਰਸਿੱਖੀ ਵੀ ਗਿਰ ਬਖਸ਼ਣਾ ਅੰਮ੍ਰਿਤ ਵੇਲੇ ਉੱਠਣ ਦੀ ਸਤਿਗੁਰ ਕੀਤਾ ਬਖਸ਼ਣੀ ਦਾਤਾ ਜੀ ਇਸ਼ਕੇ ਨਵੇਦ ਗੁਰਮੁਖ ਪਰਿਵਾਰ ਵੱਲੋਂ ਦਾਤਾ ਜੀ ਸੁਰਵਾਸੀ ਸਰਦਾਰ ਗੁਰਿੰਦਰ ਸਿੰਘ ਜੀ ਦਾਤਾ ਜੀ ਨਵੇਦ ਬਿਆਨ ਕੀ ਪਾਤਸ਼ਾਹ ਘਟਾਵਾਂ ਹਾਜ਼ਰ ਕੀਤੇ ਗੁਰਮੁਖ ਪਰਿਵਾਰ ਨੂੰ ਸਤਿ ਵੀ ਬਖਸ਼ਣਾ ਪਰਿਵਾਰ ਵੱਲੋਂ ਬੇਅੰਤ ਬੇਅੰਤ ਅਰਦਾਸ ਕੀ ਹਾਜ਼ਰਾ ਖਜ਼ਾਨੇ ਭਰਪੂਰ ਭਰਪੂਰ ਕਰਨੇ ਗੁਰੂ ਕਹਿ ਰਹੀਆਂ ਸੰਤਾਂ ਵਾਸਤੇ ਗੁਰੂ ਪਰਿਵਾਰ ਵੱਲੋਂ ਅਮਰ ਕੜਾ ਪ੍ਰਸ਼ਾਦ ਦੀ ਸੰਗਤੀ ਹਾਜ਼ਰਾ ਜੀ ਪਰਿਵਾਰ ਨੂੰ ਇਹ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਵਤੇ ਜੋ ਛੱਕੇ ਸੋ ਤੇਰਾ ਨਾਮ ਜਪੇ ਜੀ ਕਰੋ ਕਿਰਪਾ ਸੁੰਦਰ ਕਾਲ ਹੁਕਮਰਾਏ ਬੱਚੋ ਪ੍ਰਾਣ ਦੇ ਬਾਅਦ ਤਾਰੇ ਸਾਧ ਸੰਗਤ ਦੇ ਹੋਏ ਜੀ ਸਾਹਿਬ ਛੇ ਪਿਆਰੇ ਵੇਚਨਾ ਤੇਰਾ ਨਾਮ ਚੇਤਾ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਾਇਆ ਭਈ ਅਦਾਰੇ ਸਭ ਸ੍ਰੀ ਗੁਰ ਗੋਬਿੰਦ ਗੁਰੂ ਗ੍ਰੰਥ ਜੀ ਮਾਣਿਆ ਤੂੰ ਪ੍ਰਭੂ ਮੈਨੂੰ ਪੋਚਾ ਰਾਜ ਕਰੀ ਕਾ ਖਾਲਸਾ ਮਰਨ ਤੋਂ ਬਾਅਦ ਕਿਹਨੇ ਵੇਖਣਾ ਹੈ ਕਿ ਮੁਕਤੀ ਮਿਲੀ ਹੈ ਕਿ ਨਹੀਂ ਮਿਲੀ ਕਿਸੇ ਨੇ ਵੇਖਣਾ ਅਗਰ ਮੁਕਤੀ ਲੈਣੀ ਹੈ ਦਿੱਤੀ ਉਹਦੇ
ਸਾਡਾ ਗੁਰੂ ਇਹ ਗੱਲ ਕਹਿੰਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਗੱਲ ਆਖਦਾ ਹੈ ਅਸੀਂ ਮੁਕਤੀ ਮਰ ਕੇ ਨਹੀਂ ਲੈਣੀ ਅਸੀਂ ਮੁਕਤੀ ਗਿਣਦਿਆਂ ਲੈਣੀ ਹੈ ਇਹ ਮੁਕਤੀ ਮਿਲਦੀ ਇਹ ਨਾਮ ਨਾਲ ਅਵਰ ਕਰਤੂਤ ਸਗਲੀ ਜਮਟਾਨੇ ਗੋਬਿੰਦ ਭਜਨ ਬਿਤਿਲ ਨਹੀਂ ਮਾਨੇ ਜਿੰਨੇ ਮਰਜ਼ੀ ਤੁਸੀਂ ਪਰਉਪਕਾਰ ਕਰ ਲਓ ਕੰਮ ਕਰ ਲਓ ਯੱਗ ਕਰ ਲਓ ਹੋਰ ਜਿੰਨੇ ਵੀ ਤੁਹਾਡੇ ਮਰਜ਼ੀ ਕਰ ਲਓ ਇੱਕ ਨਾਮ ਨਹੀਂ ਤੇ ਉਹ ਸਾਰੇ ਬੇਕਾਰ ਹੋ ਜਾਣਗੇ ਨਾਮ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ ਅਵਰ ਕਰਤੂਤ ਸਗਲੀ ਜਮਟਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਤਿਲ ਪਰ ਵੀ ਉੱਥੇ ਉਹਦੇ ਧਰਮਰਾਜ ਦੇ ਜਿਹੜੇ ਦੂਸਰੇ ਉਹ ਵਿਸ਼ਵਾਸ ਨਹੀਂ ਕਰਦੇ ਮੰਨਦੇ ਨਹੀਂ ਕਰਦੇ ਤੇ ਧਰਮਰਾਜ ਵੀ ਕਸ ਤੋਂ ਵਸ ਨਹੀਂ ਹੋ ਸਕਦਾ ਕਿਉਂਕਿ ਉਹਦੇ ਉੱਤੇ ਵੀ ਕੋਈ ਬੈਠਾ ਹੈ ਤੇ ਛੋਟੀ ਜਿਹੀ ਗੱਲ ਆ ਕੇ ਮੈਂ ਜ਼ਿਆਦਾ ਸਮੇਂ ਨਹੀਂ ਲੈਣਾ ਰਾਜਾ ਜਣੇ ਜੋ ਰਾਜਾ ਵੀ ਹੋਇਆ ਤੇ ਭਗਤ ਵੀ ਹੋਇਆ ਤੇ ਭਾਈ ਗੁਰਦਾਸ ਜੀ ਨੇ ਆਖਿਆ ਕਿ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਮਾਇਆ ਵਿੱਚ ਉਦਾਸ ਹੋਣਾ ਸਭ ਨਾਲੋਂ ਵੱਡੀ ਗੱਲ ਹੈ ਮੇਰੇ ਖਿਆਲ ਜਿੰਨੀ ਸਗਰ ਬੈਠੀ ਹੈ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਮਾਇਆ ਤੂੰ ਉਦਾਸ ਹਾਂ ਮਾਇਆ ਤੂੰ ਨਿਰਲੇਪ ਹਾਂ ਐਸਾ ਕੋਈ ਵੀ ਸੱਜਣ ਦੇ ਦਰਸ਼ਨ ਮੁਸ਼ਕਲ ਨਾਲ ਹੁੰਦੇ ਹਨ ਜਦੋਂ ਉਹ ਗਏ ਕਿ ਨਰਕਾਂ ਦੇ ਵਿੱਚੋਂ ਲੰਘੇ ਨਰਕਾਂ ਦੇ ਵਿੱਚੋਂ ਜੋ ਉੱਥੇ ਹਾਹਾਕਾਰ ਮਚੀ ਹੋਈ ਸੀ ਜੀਵਾਂ ਨੂੰ ਤਕਲੀਫਾਂ ਹੋ ਰਹੀਆਂ ਸਨ 14 ਕੁੰਭੀ ਨਰਕਾਂ ਦੇ ਵਿੱਚੋਂ ਲੰਘਣਾ ਸੀ ਉਹਨੇ 14 ਕੁੰਭੀ ਨਰਕ ਜਿੱਥੇ ਇਹ ਜੀਵ ਮਰਨ ਤੋਂ ਬਾਅਦ ਜਾ ਕੇ ਨਰਕਾਂ 'ਚ ਪਹਿਲਾਂ ਪੈਂਦਾ ਹੈ ਬਾਅਦ 'ਚ ਹਿਸਾਬ ਕਿਤਾਬ ਹੁੰਦਾ ਰਹਿੰਦਾ ਪਹਿਲਾਂ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਰਾਜੇ ਜਨਕ ਨੇ ਪੁੱਛਿਆ ਇੱਥੇ ਕੀ ਹੋ ਰਿਹਾ ਹੈ ਆਖਿਆ ਇੱਥੇ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਨੇ ਜੋ ਜੋ ਕਰਮ ਕੀਤੇ ਨੇ ਭੋਗਣੇ ਨੇ ਆਖਿਆ ਚਲੋ ਮੈਨੂੰ ਇੱਥੇ ਮੇਰੀ ਪਾਲਕੀ ਉਤਾਰ ਦਿਓ ਮੈਂ ਵੇਖਣੇ ਨੇ ਨਰਕ ਹੁੰਦੇ ਕੀ ਨੇ ਜਿਸ ਵੇਲੇ ਰਾਜਾ ਅੰਦਰ ਵੜਿਆ ਤੇ ਸਾਰੀ ਨੂੰ ਸ਼ਾਂਤੀ ਮਿਲਦੀ ਅਗਰ ਇੱਕ ਗੁਰਮੁਖ ਵੀ ਸੰਗਤ ਜਾ ਕੇ ਬੈਠ ਜਾਵੇ ਨਾ ਤੇ ਸਾਰੀ ਸੰਗਤ ਨੂੰ ਸ਼ਾਂਤੀ ਮਿਲ ਜਾਂਦੀ ਰਾਜਾ ਜਨਕ ਜਿਸ ਵੇਲੇ ਗਿਆ ਤੇ 14 ਨਰਕਾਂ ਦੇ ਵਿੱਚ ਠੰਡ ਵਰਤ ਗਈ ਧਰਮਰਾਜ ਨੂੰ ਪਤਾ ਲੱਗਾ ਵੀ ਧਰਮਰਾਜ ਪੈਦਾ ਹੋਇਆ ਉੱਥੇ ਆਇਆ ਆਖਿਆ ਮਹਾਰਾਜ ਤੁਸੀਂ ਇੱਥੇ ਕਿਹੜੇ ਪਾਪੀਆਂ ਵਾਸਤੇ ਜਗ੍ਹਾ ਹੈ ਤੁਸੀਂ ਕਿਉਂ ਆਏ ਹੋ ਆਖਿਆ ਅਸੀਂ ਨਰਕ ਵੇਖਦੇ ਸਨ ਤਾਂ ਆਏ ਧਰਮਰਾਜ ਚਾਹੁੰਦਾ ਸੀ ਕਿ ਰਾਜਾ ਜਨਕ ਇਹ ਤੋਂ ਜਲਦੀ ਬਾਹਰ ਨਿਕਲੇ ਪਰ ਜਿਸ ਵੇਲੇ ਰਾਜਾ ਜਨਕ ਬਾਹਰ ਨਿਕਲਣ ਲੱਗਾ ਤੇ ਉਹਨਾਂ ਜੀਵਾਂ ਨੂੰ ਫਿਰ ਉਹੀ ਕਸ਼ਟ ਹੋਣ ਲੱਗ ਪਏ ਹਾਹੇਕਾਰ ਫਿਰ ਹੋਣ ਲੱਗ ਪਈ ਤੇ ਰਾਜੇ ਜਨਕ ਨੇ ਆਖਿਆ ਹੁਣ ਤੁਹਾਨੂੰ ਕੀ ਹੋ ਗਿਆ ਕਹਿੰਦੇ ਜੀ ਤੁਹਾਡੀ ਜਾਨ ਆਉਣ ਨਾਲ ਸੁੱਖ ਮਿਲਿਆ ਸੀ ਹੁਣ ਸਾਨੂੰ ਫਿਰ ਉਸੇ ਤਰ੍ਹਾਂ ਦੁੱਖ ਮਿਲ ਰਿਹਾ ਜਾਂ ਤੁਸੀਂ ਇੱਥੇ ਰਹੋ ਤੇ ਜਾਂ ਸਾਨੂੰ ਵੀ ਬਾਹਰ ਕੱਢ ਦਿਓ ਤੇ ਰਾਜੇ ਜਨਕ ਨੇ ਧਰਮਰਾਜ ਨੂੰ ਆਖਿਆ ਇਹਨਾਂ ਨੂੰ ਛੱਡ ਸਕਦਾ ਤੂੰ ਧਰਮਰਾਜ ਕਹਿੰਦਾ ਨਹੀਂ ਮੇਰੇ ਕੋਲ ਕੋਈ ਐਸਾ ਵਿਧਾਨ ਨਹੀਂ ਹੈ ਰਾਜੇ ਜਨਕ ਨੇ ਆਖਿਆ ਇਹ ਨਹੀਂ ਹੋ ਸਕਦਾ ਅਗਰ ਕੋਈ ਬਿਮਾਰੀ ਹੈ ਤਾਂ ਉਹਦਾ ਇਲਾਜ ਵੀ ਹੈ ਇਸ ਕਰਕੇ ਤੂੰ ਵੇਖ ਜੋ ਤੇਰੇ ਕੋਲ ਕੋਈ ਤੇਰਾ ਗ੍ਰੰਥ ਹੈ ਵੇਖ ਉਹਦੇ ਕੋਈ ਨਾ ਕੋਈ ਇਲਾਜ ਹੋਣਾ ਹੈ ਆਖੇ ਇੱਕ ਇਲਾਜ ਹੈ ਕਹਿੰਦੇ ਕੀ ਕਹਿੰਦਾ ਜੇ ਕੋਈ ਮਹਾਂਪੁਰਸ਼ ਤੁਹਾਡੇ ਵਰਗਾ ਆਪਣਾ ਕੀਤਾ ਹੋਇਆ ਪੁੰਨ ਸਿਮਰਨ ਕੀਤਾ ਹੋਇਆ ਨਾਮ ਦਾ ਇਹਨਾਂ ਦੇ ਪਾਪਾਂ ਦੇ ਬਦਲੇ ਦੇਵੇ ਇੱਕ ਪਾਸੇ ਤੁਹਾਡਾ ਪੁੰਨ ਪਏਗਾ ਦੂਜੇ ਪਾਸੇ ਉਹਨਾਂ ਦੇ ਪਾਪ ਪਾਏ ਜਾਣਗੇ ਜਿੰਨੇ ਨਿਕਲਣਗੇ ਉਹਨੇ ਕੱਢੇ ਜਾਣਗੇ
ਰਾਜੇ ਜਾਨੇ ਕਹਿੰਦੇ ਆਖਿਆ ਮੈਂ ਇੱਕ ਘੜੀ ਦਾ ਸਿਮਰਨ ਦੇਣਾ, ਇੱਕ ਘੜੀ ਕੇ ਸਿਮਰਨ ਨੇ ਪਾਪੀ ਤੜੇ ਅਨੇਕ ਸ੍ਰੀ ਅਕਾਲ ਸਰਬਵਿੰਦਰ ਸਿੰਘ ਇੱਕ ਬਹੁਤ ਨੇਕ ਇਨਸਾਨ ਰਹੇ ਆ, ਉਹਨਾਂ ਦੀ ਨੌਕਰੀ ਦਾ ਵੀ ਮਤਲਬ ਕਿ ਬਹੁਤ ਵਧੀਆ ਰਿਹਾ ਅਤੇ ਹੁਣ ਉਹ ਕਰੀਬ ਜਦੋਂ ਤੋਂ ਰਿਟਾਇਰਮੈਂਟ ਤੋਂ ਬਾਅਦ ਸਾਡੇ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਲੁਧਿਆਣੇ ਦੀ ਬਣੀ ਆ, ਜਿਸ ਦਾ ਮੈਂ ਪ੍ਰਧਾਨ ਹਾਂ, ਉਹ ਮੇਰਾ ਵਾਈਸ ਪ੍ਰਧਾਨ ਸੀ ਔਰ 8-9 ਸਾਲ ਤੋਂ ਜਦੋਂ ਤੋਂ ਰਿਟਾਇਰ ਹੋਇਆ ਹਰ ਰੋਜ਼ ਸਾਡੇ ਕੋਲ ਦਫ਼ਤਰ ਦੇ ਵਿੱਚ ਮੇਰੇ ਕੋਲ ਜਾਂਦੇ ਸੀ। ਜਿਸ ਦਿਨ ਉਹਨਾਂ ਨੂੰ ਮਤਲਬ ਵੀ ਬਿਮਾਰ ਹੋਇਆ ਉਸ ਦਿਨ ਵੀ ਉਹ ਸਾਰਾ ਦਿਨ ਮੇਰੇ ਨਾਲ ਹੀ ਰਹੇ ਆ, ਉਸ ਦਿਨ ਵੀ ਅਸੀਂ ਭੋਗ 'ਤੇ ਗਏ ਅਤੇ ਤਕਰੀਬਨ 3:30 ਵਜੇ ਤੱਕ ਅਸੀਂ ਰਹੇ ਹਾਂ। ਉਹਨਾਂ ਨੇ ਸਾਨੂੰ ਕੋਈ ਨਹੀਂ ਦੱਸਿਆ ਕਿ ਮੈਨੂੰ ਕੋਈ ਤਕਲੀਫ ਆ, ਤਕਲੀਫ ਵੀ ਹੈ ਨਹੀਂ ਸੀ, ਸਾਡੇ ਨਾਲ ਹੀ ਇੱਕ ਪਾਸੇ ਗਏ ਨੇ ਇੱਕ ਪਾਸੇ ਆਏ ਨੇ ਅਤੇ ਅਸੀਂ ਹਰ ਰੋਜ਼ ਤਕਰੀਬਨ 10-11 ਵਜੇ ਐਗਜੈਕਟਿਵ ਕਮੇਟੀ ਜਿਹੜੇ ਇਕੱਠੇ ਸਾਡੇ ਮੈਂਬਰ 10-15 ਇਕੱਠੇ ਹੁੰਦੇ, ਅਸੀਂ ਚਾਹ ਪੀਂਦੇ ਹਾਂ ਅਤੇ ਹਰ ਰੋਜ਼ ਉਹ ਜਾਗੇ ਕੋਲ ਜਾਂਦਾ ਸੀ ਅਤੇ ਮੈਂ ਜਦੋਂ 11:30 ਵਜੇ ਚਾਹ ਪਕਾਉਣ ਦਾ ਟਾਈਮ ਹੋਇਆ ਤਾਂ ਮੈਂ ਮੁੰਡਿਆਂ ਨੂੰ ਕਿਹਾ ਆਪਣੇ ਸਾਥੀਆਂ ਨੂੰ ਵੀ ਪਤਾ ਕਰੋ ਸਾਹਿਬ ਬਲਵਿੰਦਰ ਸਿੰਘ ਹੀ ਆਏ। ਜਦ ਉਹਨਾਂ ਫੋਨ ਕੀਤਾ ਤਾਂ ਭੈਣ ਮਤਲਬ ਕਿ ਫੋਨ ਜਿਹੜਾ ਸੀ ਉਹ ਭੈਣ ਜੀ ਨੇ ਚੁੱਕਿਆ, ਉਹਨਾਂ ਦੱਸਿਆ ਕਿ ਉਹ ਤਾਂ ਰਾਤ 11:30 ਵਜੇ 10:30-11 ਵਜੇ ਉਹਨਾਂ ਨੂੰ ਅਟੈਕ ਹੋ ਗਿਆ। ਮਤਲਬ ਇਹ ਗੱਲ ਸੁਣ ਕੇ ਸਾਨੂੰ ਸਾਰੇ ਮੈਨੂੰ ਤਾਂ ਹੁਣੇ ਸਾਰੇ ਕਮੇਟੀ ਦਾ ਜਿਸ ਨੂੰ ਵੀ ਪਤਾ ਲੱਗਿਆ ਬਹੁਤ ਹੀ ਸ਼ੌਕ ਲੱਗਿਆ। ਉਹ ਇੱਕ ਸਾਡਾ ਬਹੁਤ ਸੀਨੀਅਰ ਮੈਂਬਰ, ਇੱਕ ਲਾਇਲ ਮੈਂਬਰ, ਇੱਕ ਹਾਜ਼ਰ ਹੋਣ ਵਾਲਾ ਮੈਂਬਰ ਸੀ, ਜਿਸ ਨਾਲ ਉਹਦੇ ਜਾਣ ਨਾਲ ਜਿੱਥੇ ਇੱਕ ਪਰਿਵਾਰ ਨੂੰ ਘਾਟਾ ਪਿਆ, ਸਾਡੀ ਇੱਕ ਇਹ ਐਸੋਸੀਏਸ਼ਨ ਜਿਹੜੀ ਕਿ ਬਹੁਤ ਪੁਰਾਣੀ ਹੈ, ਬੜੀ ਲੰਬੀ ਚੌੜੀ ਹੈ, ਸਾਨੂੰ ਵੀ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ ਮੇਰਾ ਵਾਈਸ ਪ੍ਰਧਾਨ ਸੀ, ਹਰ ਕੰਮ ਕਰਦਾ ਸੀ, ਜਾਂਦਾ ਸੀ ਅਤੇ ਜਿੱਥੇ ਪਰਿਵਾਰਕ ਨੂੰ ਘਾਟਾ ਪਿਆ ਸਾਨੂੰ ਵੀ ਘਾਟਾ ਪਿਆ। ਹੁਣ ਅਸੀਂ ਅੱਗੇ ਵਾਸਤੇ ਮਤਲਬ ਮੈਂ ਬੇਟੇ ਨੂੰ ਇਹ ਗੱਲ ਕਹੂੰਗਾ ਵੀ ਜਿਸ ਤਰ੍ਹਾਂ ਉਹ ਸਾਡਾ ਮਿੱਤਰ ਸੀ, ਮਿੱਤਰ ਸਾਡੇ ਕੋਲ ਜਾਂਦਾ ਸੀ, ਜੋ ਕੁਛ ਅਸੀਂ ਉਹਦੇ ਲਈ ਕਰਦੇ ਸੀ, ਅੱਗੇ ਵਾਸਤੇ ਵੀ ਉਹ ਆਪਣਾ ਇਹ ਵੀ ਸਾਨੂੰ ਸਾਡਾ ਘਰ ਹੀ ਆਪਣੇ ਆਪ ਹੀ ਸਮਝਣ ਵੀ ਜੋ ਸਹੂਲਤਾਂ ਉਸਨੂੰ ਮਿਲਦੀਆਂ ਸੀ ਉਹੀ ਇਸ ਪਰਿਵਾਰ ਨੂੰ ਉਸੇ ਤਰੀਕੇ ਨਾਲ ਮਿਲਦੀਆਂ ਰਹਿਣਗੀਆਂ। ਅਸੀਂ ਹਰ ਵਕਤ ਤੁਹਾਡੀ ਸੇਵਾ ਲਈ ਹਾਜ਼ਰ ਹਾਂਗੇ ਅਤੇ ਇੰਨੀਆਂ ਗੱਲਾਂ ਕਹਿ ਕੇ ਮੈਂ ਆਪਣੇ ਵੱਲੋਂ, ਆਪਣੀ ਸਾਰੀ ਐਗਜੈਕਟਿਵ ਕਮੇਟੀ ਵੱਲੋਂ ਜਿਹੜੀ ਕਿ ਅੱਜ ਮੇਰੇ ਨਾਲ ਆਈ ਹੋਈ ਹੈ ਵੱਲੋਂ ਅਤੇ ਸਾਰੀ ਐਸੋਸੀਏਸ਼ਨ ਵੱਲੋਂ ਮੈਂ ਉਹਨਾਂ ਨੂੰ ਸਾਡਾ ਦੇ ਫੁੱਲ ਭੇਟ ਕਰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਸਨੂੰ ਆਪਣੇ ਚਰਨਾਂ 'ਚ ਵਾਸ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਚੰਗੇ ਬਣੇ ਮੇਰੇ ਨਾਲ ਸੀ।